ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਸੁਖਬੀਰ ਕੌਰ, ਤੁਸੀਂ ਦੇਖ ਰਹੇ ਹੋ ਕੌਮੀ ਸੋਚ ਯੂਟਿਊਬ ਚੈਨਲ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਆਏ ਦਿਨ ਸਾਨੂੰ ਕੋਈ ਨਾ ਕੋਈ ਇਹੋ ਜਿਹੀ ਘਟਨਾ ਵੇਖਣ ਨੂੰ ਮਿਲਦੀ ਹੈ ਜਿਸ ਨੂੰ ਵੇਖ ਕੇ ਰੂਹ ਕੰਬ ਉੱਠਦੀ ਹੈ। ਅੱਜ ਦੀ ਇਸ ਵੀਡੀਓ ਵਿੱਚ ਇਹੋ ਜਿਹੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਰੋ ਰਹੀ ਹੈ ਕਿਉਂਕਿ ਉਸ ਔਰਤ ਦਾ ਘਰ ਦੂਸਰੀ ਵਾਰ ਖਾਲੀ ਹੋ ਰਿਹਾ ਹੈ ਅਤੇ ਵੀਡੀਓ ਬਣਾਉਣ ਵਾਲੇ ਸ਼ਖਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਨਸ਼ੇ ਕਰਕੇ ਸਾਡੇ ਪਿੰਡ ਦੀ ਇਹ ਹਾਲਤ ਹੋਈ ਹੈ, ਇਸ ਕਰਕੇ ਨਸ਼ੇ ਨੂੰ ਸਾਡੇ ਪਿੰਡ ਵਿੱਚੋਂ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ। ਅੱਜ ਫਿਰ ਇੱਕ ਨਸ਼ੇ ਦੇ ਕੰਮਾਂ ਵਿੱਚ ਆ ਕੇ ਆ ਘਰ ਖਾਲੀ ਹੋ ਰਿਹਾ ਜੋ। ਇਹ ਬੀਬੀ ਦਾ 2 ਵਾਰੀ ਘਰ ਖਾਲੀ ਹੋ ਗਿਆ ਵਾ ਅਤੇ ਆਹ ਬੀਬੀ ਹੈਗੀ ਜੋ ਜਿਹਦੇ ਪਿੱਛੇ ਨਸ਼ੇ ਦਾ ਕਰਕੇ ਭੱਜਿਆ ਫਿਰਦਾ ਵਾ। ਬੋਲੀ ਮੰਮੀ। ਮੈਂ ਭਾਈ ਬੜੀ ਦੁਖੀ ਹੋਈ, ਮੈਂ ਦੁਖੀ ਹੋ ਗਿਆ, ਕੰਮ ਕੀਤਾ ਦੁਖੀ ਹੋ ਗਿਆ, ਮਤਲਬ ਆਈ ਦਿੱਤੀ ਸਿਲੰਡਰ ਚੁੱਕ ਕੇ ਘਰੋਂ ਭੱਜ ਗਿਆ। ਆ ਜੋ ਨਸ਼ਿਆਂ ਦੇ ਮਾੜੇ ਹਾਲ ਤੇ ਕੈਪਟਨ ਸਾਹਿਬ ਤੱਕ ਜਿੱਥੇ ਤੱਕ ਹੋ ਸਕੇ ਸਾਡੀ ਇਹ ਦਰਖਾਸਤ ਹੈ, ਪਿੰਡ ਵਿੱਚ ਹੱਦ ਤੋਂ ਹੱਦ ਸਾਡਾ ਨਸ਼ਾ ਇੱਥੋਂ ਮੁਕਾਇਆ ਜਾਵੇ। ਸੁਭਾਸ਼ ਪਾਰ ਪਿੰਡ ਆ, ਜ਼ਿਲ੍ਹਾ ਤਰਨ ਤਾਰਨ ਪੱਟੀ। ਆਹ ਦੇਖੋ ਜੀ, ਸਾਰੇ ਪਿੰਡ ਵਾਲੇ ਖੜੇ ਹੋਏ ਜਿਸ ਟਾਈਮ ਘਰ ਖਾਲੀ ਹੋ ਰਿਹਾ ਜੋ, ਉਹ ਵੀ ਨਸ਼ੇੜੀ ਹੈ ਕਰਕੇ। ਸਤਿ ਸ੍ਰੀ ਅਕਾਲ ਵੀਰ ਜੀ, ਇਹ ਬੇਨਤੀ ਹੈਗੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕੀਤਾ ਜਾਵੇ ਤੇ ਪਤਾ ਲੱਗੇ ਉਹਨਾਂ ਨੂੰ।